ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅੱਗੇ ਹੋ ਜਾਓ ਮੌਕੇ ਤੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਧਰ ਜਾਣਾ ਜੀ ਮੰਤਰੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇੱਥੇ ਐਡਾ ਵੱਡਾ ਹਾਦਸਾ ਹੋਇਆ ਇਸ ਬਾਰੇ ਕੀ ਕਹਿਣਾ ਪਿੱਛੇ ਤੋਂ ਹੋ ਜਾਓ ਥੋੜਾ ਪਿੱਛੇ ਡਿਟੇਲ ਹੈਗੀ ਹੈ ਤੁਹਾਡੇ ਇੱਕ ਵਾਰ ਪਿੱਛੇ ਜੀ ਪਿੱਛੇ ਇੱਕ ਹੋਰ ਬਲਾਸਟ ਹੋਇਆ ਹੈ ਜਿਸ ਵਿੱਚ 2 ਲੋਕਾਂ ਦੀ ਮੌਤ ਹੋਈ ਹੈ ਰਾਤ ਵਿੱਚ ਇਹ ਬਲਾਸਟ ਹੋਇਆ ਬਾਰਡਰ ਦੇ ਪਾਸ ਕਿਸ ਤਰ੍ਹਾਂ ਦੀ ਰਿਪੋਰਟ ਹੈ ਆਪਕੇ ਪਾਸ ਮੇਰੇ ਪਾਸ ਅਭੀ ਕੋਈ ਤਨਤਨ ਕੀ ਕੋਈ ਰਿਪੋਰਟ ਨਹੀਂ ਹੈ ਬਟਾਲਾ ਮੈਂ ਜੋ ਜਿਹੜਾ ਹੋਇਆ ਬਾਜਾ ਦਾ ਕੀ ਐਕਸ਼ਨ ਇਹਦੇ ਵਿੱਚ ਕੀ ਸਰਕਾਰ ਫੌਜੀ ਤੌਰ ਤੇ ਕੀ ਲੈ ਰਹੀ ਹੈ ਜਿਸ ਵਿੱਚ ਲੋਕ ਮਾਰੇ ਗਏ ਨੇ ਕੀ ਐਕਸ਼ਨ ਕੀ ਲੈ ਰਹੀ ਬਾਜਾ ਤੁਹਾਡੇ ਸਾਹਮਣੇ ਕੈਪਟਨ ਸਾਹਿਬ ਨੇ ਕਮਿਸ਼ਨ ਨੂੰ ਬਿਠਾ ਦਿੱਤਾ ਵਾ ਕਮਿਸ਼ਨ ਦੀ ਰਿਪੋਰਟ ਡਿੱਗਣੀ ਪੈਗੀ 15 ਦਿਨਾਂ ਚ ਕਮਿਸ਼ਨ ਦੀ ਰਿਪੋਰਟ ਆ ਜਾਣੀ ਆ ਸਾਰਾ ਐਕਸ਼ਨ ਲਿਆ ਜਾਏਗਾ ਸਾਰੇ ਐਂਗਲ ਤੋਂ ਇਸ ਨੂੰ ਵਾਚ ਕੀਤਾ ਜਾ ਰਿਹਾ ਦਿੱਲੀ ਤੋਂ ਵੀ ਟੀਮ ਆ ਗਈ ਹੈ ਫਰਸੈਨਿਕ ਦੀ ਐਕਸਪਰਟ ਆ ਗਏ ਨੇ ਦੇਖਣ ਡਏ ਨੇ ਵੀ ਇਹ ਕੀ ਸੀਗਾ ਕੋਈ ਹੋਰ ਦੇ ਵਿੱਚ ਹੋਰ ਕੌਨਸਪਿਰੇਸੀ ਤਾਂ ਨਹੀਂ ਸੋ ਪਰ ਹਜੇ ਕਨਕਲੂਜਨ 'ਤੇ ਜੰਪ ਕਰਨਾ ਗਲਤ ਗੱਲ ਹੋਊਗੀ ਸੋ ਸਾਰੀਆਂ ਗਵਰਨਮੈਂਟ ਆਫ ਇੰਡੀਆ ਵੀ ਲੱਗੀ ਹੋਈ ਹੈ ਪੰਜਾਬ ਗਵਰਨਮੈਂਟ ਵੀ ਲੱਗੀ ਹੋਈ ਹੈ ਸਾਰੇ ਐਂਗਲ 'ਤੇ ਉਹਨੂੰ ਸਟੱਡੀ ਕੀਤਾ ਜਾ ਰਿਹਾ ਮੈਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਰਿਕੁਐਸਟ ਕਰਾਂਗਾ ਵੀ ਵਾਰੀ ਸਿਰ ਸਵਾਲ ਕਰ ਲਓ ਤੁਸੀਂ ਇਕੱਠੇ ਸਵਾਲ ਕਰ ਲਓ ਦੇਖੋ 2 ਸਾਲ ਪਹਿਲਾਂ ਵੀ ਮਾਮਲਾ ਮੇਰੇ ਹੁਣ ਵੀ ਨੋਟਿਸ 'ਚ ਆਇਆ ਵਾ ਇਹਨਾਂ ਸਾਰੇ ਗੱਲਾਂ ਨੂੰ ਕਮਿਸ਼ਨ ਜਿਹੜਾ ਬਿਠਾਇਆ ਗਿਆ ਉਹ ਦੇਖੇਗਾ ਹਰ ਐਂਗਲ ਤੋਂ ਸਟੱਡੀ ਕਰੇਗਾ ਅਧਿਕਾਰੀਆਂ ਦਾ ਵੀ ਜੇ ਡੀਸੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਜਾਂ ਮੇਰਾ ਜਾਂ ਕਿਸੇ ਹੋਰ ਦਾ ਕਸੂਰ ਹੋਗਾ ਕਿਸੇ ਨਹੀਂ ਬਖਸ਼ਿਆ ਜਾਏ ਲੋਕ ਜਿਹੜੇ ਹੈਗੇ ਨੇ ਉਹਨਾਂ ਨੇ ਆਖਿਆ ਵੀ ਅਸੀਂ 2 ਸਾਲ ਪਹਿਲੇ ਵੀ ਬਿਲਕੁਲ ਸਹੀ ਆਖਿਆ ਮੈਂ ਮੰਨ ਲਈ ਗੱਲ ਉਸ ਅਧਿਕਾਰੀ ਦਾ ਵੀ ਪਤਾ ਕੀਤਾ ਜਾਏਗਾ ਇਹਨਾਂ ਲੋਕਾਂ ਨੂੰ ਮਿਲਿਆ ਜਾਏਗਾ ਸਾਰੇ ਪਾਸੇ ਕਮਿਸ਼ਨ ਹੈਗਾ ਸਾਰਿਆਂ ਦੀ ਗੱਲਾਂ ਸੁਣੇਗਾ ਐਸਸੀ ਕੋਈ ਪਿਛਲੇ 60 ਸਾਲ ਦੀ ਫੈਕਟਰੀ ਚੱਲਣ ਡਈ ਆ ਦੇਖੋ ਮੈਂ ਕਹਿ ਰਿਹਾ ਪਿਛਲੇ 60 ਸਾਲ ਦੀ ਫੈਕਟਰੀ ਚੱਲਣ ਡਈ ਆ ਮੈਂ ਇਮੀਡੀਏਟਲੀ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕਦਾ ਜਿਹੜਾ ਕਮਿਸ਼ਨ ਬੈਠਾ ਹੋਇਆ ਉਹਨਾਂ ਸਾਰੇ ਪਹਿਲੂਆਂ 'ਚ ਜਾਏਗਾ ਦੇਖੋ ਆਮ ਲੋਕਾਂ ਦੀ ਜ਼ਿੰਮੇਵਾਰ ਜਿਹੜਾ ਅਸੀਂ ਸਰਕਾਰ ਜ਼ਿੰਮੇਵਾਰ ਹੁੰਦੀ ਆ ਪਰ ਪਿਛਲੇ 60 ਸਾਲਾਂ 'ਚ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਪਿੰਨ ਪੁਆਇੰਟ ਕਿਸੇ ਨੂੰ ਨਹੀਂ ਕੀਤਾ ਜਾ ਸਕਦਾ ਮੈਂ ਕਿਸੇ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਿਆ ਪਰ ਕਮਿਸ਼ਨ ਆਪੇ ਜਿਹਨੂੰ ਦੋਸ਼ੀ ਠਹਿਰਾਏਗਾ ਉਹਦੇ ਖਿਲਾਫ ਐਕਸ਼ਨ ਹੋਏਗਾ ਹਾਂਜੀ ਹਾਂਜੀ ਕਿਉਂ ਨਹੀਂ ਇਨੀਸ਼ੀਏਟਿਵ ਲਿਆ ਗਿਆ 2.5 ਸਾਲਾਂ ਵਿੱਚ ਮੈਂ ਕਿਹਾ ਕਮਿਸ਼ਨ ਇਹਦਾ ਫੈਸਲਾ ਕਰੂਗਾ ਵੀ ਕਿਹਦਾ ਕਿਹਦਾ ਕਸੂਰ ਸੀ ਉਹਦਾ ਜਿਹਦਾ ਕਸੂਰ ਸਾਹਮਣੇਗਾ ਉਹਨੇ ਕਿਦਾਂ ਸਜ਼ਾ ਦਿੱਤੀ ਰਿਹਾਇਸ਼ੀ ਇਲਾਕੇ ਮੇਂ ਜਿਸ ਤਰ੍ਹਾਂ ਸੇ ਪਟਾਕਾ ਬਣਾਨੇ ਕਾ ਕਾਮ ਚੱਲ ਰਹਾ ਥਾ ਇਤਨੀ ਬੜੀ ਤਾਦਾਦ ਮੇਂ ਬਾਰੂਦ ਯਹਾਂ ਇਕੱਠਾ ਕਰਕੇ ਰੱਖਾ ਗਿਆ ਥਾ ਲੱਗਤਾ ਨਹੀਂ ਕਿ ਪ੍ਰਸ਼ਾਸਨ ਕੀ ਕਹੀਂ ਨਾ ਕਹੀਂ ਫੇਲੀਅਰ ਹੈ ਹੈ ਮਗਰ ਕਿਸ ਕੀ ਹੈ ਇਹ ਪਿੰਨ ਪੁਆਇੰਟ ਕਮਿਸ਼ਨ ਹੀ ਕਰੇਗਾ ਅੰਮ੍ਰਿਤਸਰ ਟ੍ਰੇਨ ਐਕਸੀਡੈਂਟ ਦੀ ਵੀ ਜਿਹੜਾ ਕਮਿਸ਼ਨ ਬਣਾਇਆ ਗਿਆ ਸੀ ਉਹ ਵੀ ਠੰਡੇ ਬਸਤੇ ਵਿੱਚ ਗਿਆ ਸਾਲ ਹੋਣ ਨੂੰ ਆ ਗਿਆ ਉਸ ਜੋੜਾ ਫਾਟਕ ਐਕਸੀਡੈਂਟ ਹੋਈ ਉਹਦੇ ਵਿੱਚ ਵੀ ਕੁਝ ਨਹੀਂ ਹੋਇਆ ਸਿਰਫ ਮੁਆਵਜ਼ੇ ਦਾ ਐਲਾਨ ਕਰਕੇ ਸਰਕਾਰਾਂ ਪਿੱਛੇ ਹਟ ਜਾਂਦੀਆਂ ਜਿੰਨੀਆਂ ਵੀ ਜਾਂਚ ਦੀ ਗੱਲ ਹੁੰਦੀ ਹੈ ਜਾਂਚ ਨਤੀਜਾ ਨਹੀਂ ਨਿਕਲਦਾ ਠੰਡੇ ਬਸਤੇ ਵਿੱਚ ਦੇਖੋ ਮੀਡੀਆ ਟ੍ਰਾਇਲ 'ਤੇ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਮਿਸ਼ਨ ਬਿਠਾਇਆ ਵਾ ਉਹ ਫੈਸਲਾ ਕਰੇਗਾ ਤੇ ਇਹ ਸਨ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਨ੍ਹਾਂ ਨੇ ਆਖਿਆ ਵੀ ਇਸ ਦੀ ਜਾਂਚ ਵਾਸਤੇ ਕਮਿਸ਼ਨ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਬਿਠਾਇਆ ਗਿਆ ਹੈ ਅੰਮ੍ਰਿਤਸਰ ਸਿੱਕੇਗੀ ਕੋਈ ਜ਼ਿੰਮੇਵਾਰੀ ਦੇਣੇ ਹੋ ਕੋਈ ਸਿਕਿਉਰਿਟੀ ਦੇਣੇ ਹੋ ਕਿ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਅਦਾ ਦਾ ਹਾਦਸਾ ਨਹੀਂ ਵਾਪਰੇਗਾ ਮੈਂ ਇਸ ਗੱਲ ਦੀ ਗਰੰਟੀ ਕੌਣ ਦੇ ਸਕਣਾ ਪਰ ਕਮਿਸ਼ਨ ਜਿਹਦਾ ਕਸੂਰ ਕੱਢੇਗਾ ਉਹਨੂੰ ਸਜ਼ਾ ਦਿੱਤੀ ਜਾਏਗੀ ਲੇਕਿਨ ਸਰ ਤਰਨਤਾਰਨ ਬਲਾਸਟ ਹੋ ਰਹੀਆਂ ਨੇ ਜੀ ਪਹਿਲੇ ਵੀ ਕਈ ਹਾਦਸੇ ਵਾਪਰ ਚੁੱਕੇ ਨੇ ਔਰ ਰਟੀਆਂ ਗੱਲਾਂ ਕੀਤੀ ਜਾ ਰਹੀਆਂ ਵੀ ਕਮਿਸ਼ਨ ਬਿਠਾ ਦਿੱਤਾ ਗਿਆ ਪਰ ਅੱਜ ਤੱਕ ਕੋਈ ਵੀ ਜਿਹੜੇ ਵੀ ਕਮਿਸ਼ਨ ਬੈਠੇ ਨੇ ਉਹਨਾਂ ਦੀ ਕੋਈ ਵੀ ਜਾਂਚ ਰਿਪੋਰਟ ਜਿਹੜੀ ਉਹ ਨਸ਼ਰ ਨਹੀਂ ਕੀਤੀ ਗਈ ਤੇ ਹੁਣ ਇਸ ਮਾਮਲੇ ਵਿੱਚ ਵੀ ਇਹ ਲੱਗ ਰਿਹਾ ਵੀ ਜਿਹੜੀ ਇੰਨੀ ਵੱਡੀ ਜਾਨ ਹਾਨੀ ਹੋਈ ਹੈ ਉਹਦਾ ਕੌਣ ਜ਼ਿੰਮੇਵਾਰ ਆ ਕਿਹੜਾ ਅਧਿਕਾਰੀ ਸੀ ਜਿਹੜਾ ਹਰ ਸਾਲ ਇੱਥੇ ਰਿਨਿਊ ਦੇ ਰਿਹਾ ਸੀ ਇਸ ਫੈਕਟਰੀ ਨੂੰ ਜਿਹੜਾ ਉੱਥੇ ਲੱਗੀ ਹੋਈ ਹੈ ਕਿਉਂ ਇਹਨੂੰ ਮਨਜ਼ੂਰੀ ਦਿੱਤੀ ਗਈ ਰਿਹਾਇਸ਼ੀ ਇਲਾਕੇ ਵਿੱਚ ਪਿਛਲੇ 50-60 ਸਾਲ ਤੋਂ ਲਗਾਤਾਰ ਮਨਜ਼ੂਰੀ ਦਿੱਤੀ ਜਾ ਰਹੀ ਸੀ ਜਿਹੜੀ ਸਰਕਾਰਾਂ ਆਈਆਂ ਉਹਨਾਂ ਨੇ ਆਪਣੇ ਫਰਜ਼ ਕਿਉਂ ਨਹੀਂ ਨਿਭਾਏ ਤਾਂ ਹੁਣ ਵੀ ਆਪਣੀ ਜਿਹੜੀ ਕਾਂਗਰਸ ਦੀ ਸਰਕਾਰ ਪੰਜਾਬ 'ਚ ਹੈਗੀ ਉਹਨੇ ਕਿਉਂ ਨਹੀਂ ਇਹਦਾ ਇਨੀਸ਼ੀਏਟਿਵ ਲਿਆ ਕਿਹੜਾ ਅਧਿਕਾਰੀ ਜ਼ਿੰਮੇਵਾਰ ਆ ਇਹ ਪੱਖ ਦੇ ਸਵਾਲ ਨੇ ਇਹਨਾਂ ਬਾਰੇ ਕਾਰਵਾਈ ਕਰਨ ਦੀ ਲੋੜ ਹੈ ਅਕਾਊਂਟੀਬਿਲਟੀ ਤੈਅ ਕਰਨ ਦੀ ਲੋੜ ਹੈ ਜਿੰਨੇ ਵੀ ਅਧਿਕਾਰੀ ਨੇ ਇਸ ਫੈਕਟਰੀ ਨੂੰ ਇੱਥੇ ਲੱਗਣ ਲਈ ਆਪਣਾ ਜਿਹੜਾ ਉਹ
मंजूरी दी उसके खिलाफ सख्त कार्रवाई जी करनी चाहिए क्योंकि बड़ी वड्डी गिनती जान हानि इत्थे हो चुकी है। वड्डी गिनती लोग जिहड़े ने जख्मी होए ने। कैमरा परसन मुकेश बावा नाल सिकंदर पसीचा, दैनिक सवेरा टीवी बटाला। हेलो एवरीवन, माय नेम इज देवा सेठी, आई एम फ्रॉम फगवाड़ा और मैं 25 साल की हूँ। वन ऑफ माय फ्रेंड फ्रॉम जलंधर, उन्होंने मुझे बॉडी फैट के बारे में बताया। सिर्फ 3 महीने यहाँ पे स्पेंड करने के बाद मैंने टोटल वेट लॉस यहाँ पे 16 kg किया है और मेरा इंच लॉस भी 70+ किया है। आई वुड लाइक टू से प्लीज कम हेयर फॉर अ हेल्दी वेट लॉस एंड यू विल सी द रिजल्ट। थैंक यू सो मच।